ਸਤਿਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਪੀ ਐੱਸ ਟੈਟ ਸਟੱਡੀ ਨੋਟਸ ਦੇ ਉੱਪਰ ਜੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਮਾਸਟਰ ਕਾਰਡ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ, ECET ਦੇ ਸੈਕਿੰਡ ਐਗਜ਼ਾਮ ਦੇ ਪੇਪਰ ਦੇ ਨਾਲ ਰਿਲੇਟਡ ਔਰ ਪੀ ਐੱਸ ਟੈਟ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਵੀਡੀਓ ਅਪਲੋਡ ਕਰਦੇ ਹਾਂ ਜੀ, ਬਿਲਕੁਲ ਸਿਲੇਬਸ ਦੇ ਅਕੋਰਡਿੰਗ। ਜਿਹੜੇ ਵਿਦਿਆਰਥੀ ਨਵੇਂ ਨੇ, ਪਹਿਲੀ ਵਾਰ ਚੈਨਲ 'ਤੇ ਵਿਜ਼ਿਟ ਕਰ ਰਹੇ ਨੇ, ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਅਪਲੋਡ ਵੀਡੀਓ ਨੇ ਜੀ ਪੀ ਐੱਸ ਟੈਟ ਦੇ ਨਾਲ ਰਿਲੇਟਡ ਜਾਂ ECET ਸੈਕਿੰਡ ਐਗਜ਼ਾਮ ਜਾਂ ਮਾਸਟਰ ਕਾਰਡ ਦੇ ਨਾਲ SST ਦੇ ਨਾਲ ਰਿਲੇਟਡ, ਪੰਜਾਬੀ ਮਾਸਟਰ ਕਾਰਡ ਦੇ ਨਾਲ ਰਿਲੇਟਡ ਵੀਡੀਓ ਨੇ, ਉਹ ਦੇਖ ਸਕਦੇ ਨੇ ਜੀ। ਸੋ ਉਹਨਾਂ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਵੀਡੀਓ ਦੇ ਅੰਤ ਦੇ ਵਿੱਚ ਵੀ ਜਿਹੜੀ ਪਲੇਲਿਸਟ ਹੈ ਉਹ ਸ਼ੋਅ ਹੋ ਜਾਏਗੀ ਜੀ, ਜਿਸ ਦੀ ਹੈਲਪ ਦੇ ਨਾਲ ਤੁਸੀਂ ਜਿਹੜੀ ਆਪਣੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ ਜੀ। ਤਿਆਰੀ ਦੀ ਵੀਡੀਓ ਦੇ ਨਾਲ ਜਿਹੜਾ ਹੋਰ ਵੀ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਹੁੰਦੀ ਹੈ ਕਿਸੇ ਵੀ ਪੋਸਟ ਨੂੰ ਲੈ ਕੇ ਜਾਂ ਪੀ ਐੱਸ ਟੈਟ ਨੂੰ ਲੈ ਕੇ, ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਸੋ ਅੱਜ ਦੀ ਜਿਹੜੀ ਵੀਡੀਓ ਹੈ ਉਹ ਰਿਲੇਟਡ ਹੈ ਜੀ, ਜੋ ਪੋਸਟਾਂ ਨਿਕਲੀਆਂ ਸੀ ECET ਦੀਆਂ ਉਸ ਦੇ ਨਾਲ ਸੰਬੰਧਿਤ ਇੰਪੋਰਟੈਂਟ ਇਨਫੋਰਮੇਸ਼ਨ ਹੈ ਜੀ। ਔਰ ਜਿਹੜਾ ਵਿਭਾਗ ਵੱਲੋਂ ਇੱਕ ਨਵਾਂ ਸੋਧ ਪੱਤਰ ਜਾਰੀ ਕੀਤਾ ਗਿਆ, ਸੋ ਉਹ ਆਪਾਂ ਡਿਸਕਸ ਕਰਾਂਗੇ ਜੀ। ਸੋ ਦੇਖ ਲੈਂਦੇ ਜੀ ਕੀ ਹੈ ਜੀ ਸੋਧ ਪੱਤਰ ਦੇ ਵਿੱਚ। ਸੋ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਇਸ ਤੋਂ ਪਹਿਲਾਂ ਮਾਸਟਰ ਕਾਡਰ ਦੀਆਂ 3264, ਜਿਸ ਦੇ ਵਿੱਚ ਅਲੱਗ ਅਲੱਗ SST ਦੀਆਂ, ਪੰਜਾਬੀ ਦੀਆਂ ਔਰ ਸਾਇੰਸ ਦੀਆਂ, ਮੈਥ ਦੀਆਂ, ਇੰਗਲਿਸ਼ ਟੀਚਰ ਦੀਆਂ ਪੋਸਟਾਂ ਨਿਕਲੀਆਂ ਸੀ, ਔਰ ਇਸ ਤੋਂ ਇਲਾਵਾ 2364 ਜਿਹੜੀਆਂ ECET ਅਧਿਆਪਕਾਂ ਦੀਆਂ ਪੋਸਟਾਂ ਨੂੰ ਭਰਨ ਦੇ ਲਈ ਜਿਹੜਾ ਵਿਗਿਆਪਨ ਦਿੱਤਾ ਜਾ ਸੀ, ਜਿਸ ਵਿੱਚ ਅੰਸ਼ਿਕ ਜਿਹੜੀ ਸੋਧ ਕਰਦੇ ਹੋਏ ਲਿਖਿਆ ਜਾਂਦਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਜਿਹੜਾ ਨੋਟੀਫਿਕੇਸ਼ਨ ਨੰਬਰ ਹੈ ਜੀ, ਇਸ ਦੇ ਅਕੋਰਡਿੰਗ ਰਾਹੀਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਮਿਤੀ 23/8/2010। ਸੋ ਯਾਦ ਰੱਖਣਾ ਜੀ, 23/8/2010 ਤੋਂ ਪਹਿਲਾਂ ਜਿਹੜੇ ਸਿੱਖਿਆ ਪ੍ਰੋਵਾਈਡਰ ਵਲੰਟੀਅਰ ਜਿਨ੍ਹਾਂ ਦੀਆਂ ਯੋਗਤਾਵਾਂ ਭਾਵ BEd ECET ਮਿਤੀ 23/8/2010 ਤੋਂ ਪਹਿਲਾਂ ਹੈ, ਸੋ ਨਿਯੁਕਤੀ ਵੀ 23/8/2010 ਤੋਂ ਪਹਿਲਾਂ ਹੋਵੇ, ਔਰ 23/8/2010 ਤੋਂ ਪਹਿਲਾਂ ਹੀ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਅਰਥਾਤ ਜਿਹੜੀ ਉਹਨਾਂ ਦੀ BEd ਹੈ ਜਾਂ ECET ਹੈ ਉਹ ਵੀ ਪਾਸ ਹੋਣੀ ਚਾਹੀਦੀ ਹੈ। ਸੋ ਉਹਨਾਂ ਨੂੰ ਜਿਹੜੀ ਟੈਟ ਤੋਂ ਜਿਹੜਾ ਪੰਜਾਬ ਟੀਚਰ ਐਲੀਜੀਬਿਲਟੀ ਟੈਸਟ ਹੈ ਉਸ ਤੋਂ ਛੋਟ ਦਿੱਤੀ ਗਈ ਹੈ ਜੀ, ਭਾਵ ਉਹ ਬਿਨਾਂ ਟੈਟ ਤੋਂ ਵੀ ਜਿਹੜਾ ਹੈ ਅਪਲਾਈ ਕਰ ਸਕਦੇ ਨੇ, ਔਰ ਇਸ ਲਈ ਆਨਲਾਈਨ ਜਿਹੜੀ ਅਪਲਾਈ ਕਰਨ ਦੀ ਮਿਤੀ ਦੇ ਵਿੱਚ ਵਾਧਾ ਕਰਦੇ ਹੋਏ ਆਖਰੀ ਮਿਤੀ 29/10/2020 ਅਤੇ ਫੀਸ ਜਮ੍ਹਾਂ ਕਰਵਾਉਣ ਦੀ ਜਿਹੜੀ ਮਿਤੀ ਹੈ ਉਹ 30/10/2020 ਨਿਰਧਾਰਿਤ ਜਿਹੜੀ ਉਹ ਕੀਤੀ ਗਈ ਹੈ। ਸੋ ਇਸ ਨੋਟੀਫਿਕੇਸ਼ਨ ਦੇ ਅਨੁਸਾਰ ਜਿਹੜਾ ਹੈ ਜਿਹੜੇ ਸਿੱਖਿਆ ਪ੍ਰੋਵਾਈਡਰ ਕੰਮ ਕਰ ਰਹੇ ਨੇ ਪਹਿਲਾਂ ਤੋਂ ਹੀ ਸਰਕਾਰੀ ਸਕੂਲਾਂ ਦੇ ਵਿੱਚ, ਉਹ ਜਿਹੜਾ ਹੈ 29/10/2020 ਤੱਕ ਜਿਹੜਾ ਅਪਲਾਈ ਕਰ ਸਕਦੇ ਹੋ, ਔਰ 30/10/2020 ਤੱਕ 30 ਅਕਤੂਬਰ ਤੱਕ ਜਿਹੜੀ ਫੀਸ ਭਰ ਸਕਦੇ ਹੋ। ਸੋ ਉਹਨਾਂ ਨੂੰ ਟੈਟ ਤੋਂ ਛੋਟ ਜਿਹੜੀ ਉਹ ਦਿੱਤੀ ਗਈ ਹੈ, ਸੋ ਜੇਕਰ ਉਹਨਾਂ ਦਾ ਟੈਟ ਨਹੀਂ ਵੀ ਪਾਸ ਹੈਗਾ ਤਾਂ ਵੀ ਉਹ ਜਿਹੜਾ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜੀ। ਔਰ ਇਸ ਤੋਂ ਇਲਾਵਾ ਜਿਹੜਾ ਬਾਕੀ ਦੀਆਂ ਸ਼ਰਤਾਂ ਨੇ ਉਹ ਪਹਿਲਾਂ ਆਪਾਂ ਡਿਸਕਸ ਕੀਤੀਆਂ ਹੋਈਆਂ ਨੇ, ਸੋ ਤੁਸੀਂ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਦੀ ਅਪਲੋਡ ਵੀਡੀਓ ਦੇ ਵਿੱਚ। ਔਰ ਇਸ ਦੇ ਨਾਲ ਹੀ ਪ੍ਰੈਪਰੇਸ਼ਨ ਦੇ ਲਈ, ਤਿਆਰੀ ਦੇ ਲਈ ਤੁਸੀਂ ਜਿਹੜਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਔਰ ਇੰਪੋਰਟੈਂਟ ਕੁਐਸਚਨ ਦੀ ਵੀਡੀਓ ਲਈ ਚੈਨਲ ਨੂੰ ਜੁਆਇਨ ਵੀ ਕਰ ਸਕਦੇ ਹੋ, ਸੋ ਜੁਆਇਨ ਬਟਨ 'ਤੇ ਜਾ ਕੇ। ਸੋ ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।